ਹੰਕਤਾ ਤੋਂ ਰਹਿ ਨਿਹੰਗ, ਨਿਹੰਗ ਲਫ਼ਜ਼ ਇੱਥੇ ਵਰਤਿਆ ਜਿਹੜਾ, ਹਿੰਦੂ ਤਾਂ ਵਰਤੇ ਨਹੀਂ ਸਕਦਾ ਨਿਹੰਗ ਲਫ਼ਜ਼, ਪੰਡਿਤ ਤਾਂ ਵਰਤੇ ਨਹੀਂ ਸਕਦਾ। ਇੱਥੋਂ ਹੀ ਪਤਾ ਲੱਗ ਜਾਣਾ ਚਾਹੀਦਾ ਸੀ ਵੀ ਇਹਦੇ ਦਸਮ ਪਾਤਸ਼ਾਹ ਦੀ ਲਿਖੀ ਹੋਈ ਹੈ। ਇੱਕ ਅੱਗੇ ਵਾਸਤੇ ਕਿਹਾ ਵੀ ਇਹ ਨਿਹੰਗ ਸਿੰਘ ਨਹੀਂ ਕਰਨਗੇ ਚਰਚਾ ਕੰਮ, ਗਲਤ ਆ ਇਹ ਹੈ ਵੀ ਉਹਨਾਂ ਦੇ ਹਿੱਸੇ ਚ ਇਹ ਕੰਮ, ਜਾਂ ਦਲ ਮਿਲਣਗੇ ਇਹੀ ਪੂਰੇ ਹੋਣਗੇ। ਭੇੜ ਪਿਆ ਨਿਹੰਗ, ਉਹਨਾਂ ਨੇ ਸਾਂਭਿਆ ਪੂਰੇ ਤੇ ਰਾਕਸ਼ਾਂ ਨੂੰ, ਕਿਹਨੇ ਸਾਂਭਿਆ ਰਾਕਸ਼ਾਂ ਨੂੰ ਔਰ ਦੇਵਤਿਆਂ ਨੂੰ ਨਿਹੰਗ, ਉਹਦਾ ਲਿਖਿਆ ਪਿਆ। ਸ਼ਾਇਦ ਡਰਦੇ ਹੁਣ ਦੋਵੇਂ ਤਰਫ਼ ਵੀ ਸਾਡੀ ਬਹੁਤ ਨਿਹੰਗਾਂ ਦੇ ਹੱਥੋਂ, ਵਿਦਵਾਨ ਵੀ ਡਰਦੇ ਹੁਣ, ਦੂਏ ਵੀ ਡਰਦੇ ਹੁਣ। ਤਾਂ ਕਹਿੰਦੇ ਨੇ ਵੀ ਇਹ ਚੰਡੀ ਦੀ ਵਾਰਤਾ ਜੀ ਦਸਮ ਪਾਤਸ਼ਾਹ ਦੀ ਬਾਣੀ ਹੋਣੀ, ਜੇ ਬਾਣੀ ਮੰਨ ਲਿਆ ਤਾਂ ਦੁਨੀਆਂ ਨੂੰ ਪਤਾ ਲੱਗ ਜੂ ਇਹ ਤਾਂ ਪਹਿਲਾਂ ਹੀ ਮੌਤ ਲਿਖੀ ਹੋਈ ਇਹਨਾਂ ਦੇ ਹੱਥੋਂ ਇਹਨਾਂ ਦੀ। ਹੁਣ ਮੰਨਣ ਕਿਵੇਂ, ਜੇ ਜਾਣਦੇ ਨੇ ਤਾਂ ਨੀ ਮੰਨਦੇ ਉਹ ਨਿਹੰਗ ਲਫ਼ਜ਼ ਸਿੱਖ ਨਾਲ ਨੀ ਹੋ, ਨਿਹੰਗ ਲਫ਼ਜ਼ ਸੰਤ ਨਾਲ ਨੀ ਲੱਗਦਾ, ਨਿਹੰਗ ਲਫ਼ਜ਼ ਅਕਾਲੀ ਨਾਲ ਵੀ ਨੀ ਲੱਗਦਾ, ਕਿਸੇ ਨਾਲ ਨੀ ਲੱਗਦਾ। ਕੋਈ ਇੱਕ ਨਵਾਂ ਨਾਂ ਰੱਖਦਾ, ਨਵਾਂ ਨੀ ਹੈ ਜਿਹੜਾ ਉਹਨੇ ਬਣਾਇਆ ਸੀ ਖਾਲਸਾ ਦਾ ਨਾਂ। ਨਿਹੰਗ ਦਾ ਮਤਲਬ ਹੰਗ ਦਾ ਤੌਰ ਹੈ, ਨਿਹੰਗ ਦੇ ਸੱਤ ਲਫ਼ ਅਰਥ ਲਿਖੇ ਨੇ, ਸੱਤ ਅਰਥ ਬੰਦੇ ਨੇ ਵੱਡੇ, ਗਿਆਨ ਖੜਕ ਧਾਰੀ ਨੂੰ ਨਿਹੰਗ ਕਹਿੰਦੇ ਨੇ, ਹੋਰ ਨੀ ਕਿਸੇ ਨੂੰ ਕਹਿੰਦੇ ਨੇ, ਉਹ ਨਕਲੀ ਹੈ ਸਭ, ਬਾਕੀ ਸਭ ਨਕਲੀ ਨੇ। ਜਿਹੜਾ ਗਿਆਨ ਖੜਕ ਧਾਰੀ ਹੈ ਇਹ ਗੱਲ ਸਮਝਦਾ ਹੈ, ਆਹ ਗਿਆਨ ਲੈ ਰਿਹਾ ਹੈ, ਨਾਨਕ ਨਿਹੰਗ ਹੈ। ਉਹ ਜੇ ਸਾਰੀਆਂ ਖੂਬੀਆਂ ਨੇ ਉੱਥੇ ਜਾ ਕੇ ਸਲਾਮ ਦੇ ਖਿਲਾਫ਼ ਗੱਲ ਕਰਨੀ ਮਜ਼ਾਕ ਦੀ ਹੈ। ਕੰਧਾਰ ਵਿੱਚ ਜਾ ਕੇ ਰਾਜ ਉਹਨਾਂ ਦਾ ਹੋਵੇ ਇੱਥੇ ਹਿੰਦੁਸਤਾਨ ਦੇ ਵਿੱਚ, ਇਹ ਕਹਿਣਾ ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ, ਇਹ ਕਹਿਣਾ ਮੁਸਲਮਾਨ ਕਹਾਵਣ ਮੁਸ਼ਕਿਲ ਹੋਏ ਤਾਂ ਮੁਸਲਮਾਨ ਕਹਾਵਾ, ਇਹ ਗੱਲਾਂ ਕਿਵੇਂ ਕਹਿਤੀ? ਡਰ ਹੈ ਨੀ, ਭੈ ਹੈ ਨੀ। ਸੱਚ ਬੋਲਣ ਵਾਸਤੇ ਬੜਾ ਜਿਗਰਾ ਚਾਹੀਦਾ, ਸੱਚ ਬੋਲਣ ਵਾਸਤੇ ਨਿਰਭੈ ਚਾਹੀਦਾ, ਸੱਚ ਨੀ ਬੋਲਿਆ ਜਾ ਸਕਦਾ।